ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੀ ਸਤਿ ਸ਼੍ਰੀ ਅਕਾਲ। ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੁਹਾਨੂੰ ਅੱਜ ਦੀ ਲਾਈਵ ਵੀਡੀਓ ਦੇ ਦਿਖਾਉਂਦਾ ਅਤੇ ਪੰਜਾਬ 'ਚ ਸਾਡੇ ਠੰਡ ਹੈ ਅਤੇ ਇੱਥੇ ਗਰਮੀ ਹੈ ਅਤੇ ਹੁਣ ਮੈਂ ਅੱਜ ਜਿਹੜੀ ਲਾਈਵ ਵੀਡੀਓ ਪੰਜਾਬ ਫੋਨ ਕੀਤਾ ਸੀ ਉੱਥੇ ਬਾਰਿਸ਼ ਹੋ ਰਹੀ ਹੈ ਅਤੇ ਇੱਥੇ ਪੂਰੀ ਧੁੱਪਾਂ ਨਿਕਲੀ ਹੋਈ ਹੈ। ਹਾਂ, ਦਰਬਾਰ ਸਾਹਿਬ ਦੇ ਬਾਹਰ ਦਾ ਦ੍ਰਿਸ਼ ਹੈ। ਇੱਧਰ ਹਾਂ, ਇੱਧਰ ਚੱਲਦੇ ਹਾਂ। ਅਸੀਂ ਪੁੱਠਾ ਗੇੜ ਦੇਣ ਲੱਗੇ ਸੀ, ਅਸੀਂ ਸਭ ਉੱਧਰ ਦੇਖ ਦਿੰਦੇ ਇੱਥੇ। ਸੋ ਮੌਸਮ ਦਾ ਬਹੁਤ ਫਰਕ ਹੈ ਇੱਥੇ ਇੱਥੇ ਨਾਲ। ਅੰਦਰ ਦਰਬਾਰ ਸਾਹਿਬ, ਅੰਦਰ ਵੀਡੀਓ ਬਣਾਉਣਾ ਅਲਾਊਡ ਨਹੀਂ ਹੈਗਾ। ਇੱਥੇ ਸਾਧ ਸੰਗਤ ਨੂੰ ਕਿਹਾ, ਕਹਿੰਦਾ ਕਿਆ ਲਿਖਿਆ ਇੱਥੇ ਪਿੱਛੇ। ਸੋ ਸਫਾਈ ਹੋ ਰਹੀ ਹੈ ਇੱਥੇ ਪਰਸਾਂ ਦੀ। ਇੱਥੇ ਹੁਕਮਨਾਮਾ ਲਿਖਿਆ ਹੋਇਆ, ਕੋਸ਼ਿਸ਼ ਕਰਦਾ ਵੀ ਅੰਦਰ ਦਾ ਦ੍ਰਿਸ਼ ਜੇ ਮਿਲ ਜਾਵੇ, ਅੰਦਰ ਝਲਕ ਵੀ ਜਾਂਦਾ। ਪਰ ਬਾਕੀ ਤੁਸੀਂ ਕੱਲ੍ਹ ਵਾਲੀ ਵੀਡੀਓ 'ਚ ਦੇਖ ਲਓ, ਤੁਸੀਂ ਵਿੱਚ ਹੋਰ ਬਹੁਤ ਵਧੀਆ ਗੱਲਾਂ ਦੱਸੀਆਂ ਮੈਂ ਇੱਥੇ। ਉਹ ਸਾਹਮਣੇ ਸਰਾਂ ਬਣ ਰਹੀ ਹੈ, ਉੱਥੇ ਜਾਣਾ ਥੱਲੇ ਜਾਣਾ। ਚਲੋ ਅਸੀਂ ਥੱਲੇ ਚੱਲੇ ਹਾਂ, ਉੱਥੇ ਮੱਥਾ ਟੇਕ ਗਈ ਮਾਈ ਭਾਗੋ। ਸਫ ਵੱਜ ਰਿਹਾ, ਪੈਰ ਧੜਕਣਾ ਜਾਵੇ ਬਚਾ ਕੇ ਪਿਆਰ ਬਾਈ। ਮਾਈ ਭਾਗੋ ਜੀ ਸਥਾਨ। ਬਾਹਰ ਦਾ ਜਾਪ ਹੋ ਰਿਹਾ ਸੀ ਅਤੇ ਨਿਸ਼ਾਨ ਸਾਹਿਬ, ਪਰ ਦੁਰਮਣ ਸਾਹਿਬ ਦੀ ਸਫਾਈ ਚੱਲ ਰਹੀ ਹੈ। ਸੰਗਤਾਂ ਬਹੁਤ ਘੱਟ ਆਈਆਂ ਹੋਈਆਂ ਅਤੇ ਬਾਕੀ ਬਹੁਤ ਸੰਗਤ ਘੱਟ ਆਈ ਹੋਈ ਹੈ। ਧੁੱਪਾਂ ਬਹੁਤ ਹੈ, ਜੋ ਟੀ ਸ਼ਰਟਾਂ ਪਾਈਆਂ ਹੋਈਆਂ ਆ ਕੁਦਰਤ ਰੱਬ ਦੀ। ਉੱਧਰ ਠੰਡ ਹੈ ਅਤੇ ਇੱਥੇ ਗਰਮੀ, ਸਲਫਾਨ ਹੋਣ ਲੱਗੇ ਉੱਧਰ। ਚਲੋ ਹੁਣ ਅਸੀਂ ਲਾਈਵ ਵੀਡੀਓ ਬੰਦ ਕਰਦੇ ਹਾਂ ਅਤੇ ਮੈਂ ਕੋਸ਼ਿਸ਼ ਕਰਦਾ ਕਿ ਸਾਹਮਣੇ ਦੇ ਵੀ ਦ੍ਰਿਸ਼ ਦੇ ਦੇਵਾਂ ਤੁਹਾਨੂੰ, ਦਰਬਾਰ ਸਾਹਿਬ ਦਾ, ਸ਼ਾਨ ਸਾਹਿਬ, ਅਤੇ ਇੱਥੇ ਜਾ ਕੇ ਸਾਹਮਣੇ ਤੋਂ ਦਿਖਾਏ ਦੇਵਾਂ ਦਰਬਾਰ ਸਾਹਿਬ ਮੇਨ। ਬਾਕੀ ਤੁਸੀਂ ਕੱਲ੍ਹ ਵਾਲੀ ਵੀਡੀਓ 'ਚ ਦੇਖ ਲਓ, ਜਾਨ ਮਾਲ ਚੱਲ ਰਿਹਾ, ਪੂਰਾ ਅੰਦਰ ਦੀ ਵੀਡੀਓ ਬਣਾਈ ਹੋਈ ਹੈ, ਉਹ ਵੀ ਤੁਸੀਂ ਜ਼ਰੂਰ ਦੇਖਿਓ। ਅੱਜ ਦੀ ਲਾਈਵ ਵੀਡੀਓ ਹੈ ਮੇਨ ਇੱਥੇ। ਚਲੋ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।